ਡੈਡੀ ਮੈਂ ਤੋਂ ਨਹੀਂ ਥੱਲੇ ਬਹਿ ਕੇ ਧਾਰਾ ਨਿਕਲਦੀਆਂ ਗੋਡੇ ਦੁਖਦੇ ਆ ਮੇਰੇ ਆਪੇ ਗੱਲ ਲਓ ਜੇ ਤੇਰੇ ਗੋਡੇ ਦੁਖਦੇ ਤਾਂ ਮੱਝ ਨੂੰ ਬੇਨਤੀ ਕਰਾਂ ਬਈ ਉਹ ਗੋਡਿਆਂ ਪਰ ਬਹਿ ਕੇ ਦੁੱਧ ਦੇਵੇ ਤੈਨੂੰ ਨਾ ਕੰਮ ਵੇਲੇ ਤੇਰੇ ਹੱਥ ਗੋਡੇ ਦੁਖਣ ਲੱਗ ਜਾਂਦੇ ਆ ਉਹ ਸਾਰਾ ਦਿਨ ਚੰਡਾਲ ਚੌਂਕੜੀ ਦੇ ਨਾਲ ਕੌਲੇ ਕੱਸਦਾ ਰਹਿੰਦਾ ਉਦੋਂ ਨਹੀਂ ਤੇਰਾ ਕੁਛ ਦੁਖਦਾ ਆ ਗਏ ਮੰਮੀ ਜੀ ਮੈਂ ਵੀ ਸੋਚੀ ਜਾਂਦਾ ਵੀ ਮੈਨੂੰ ਬੇਇੱਜ਼ਤੀ ਮਹਿਸੂਸ ਕਿਉਂ ਨਹੀਂ ਹੋ ਰਹੀ ਆਖਿਰ ਘਾਟ ਕਿਸ ਚੀਜ਼ ਦੀ ਹੈ ਛਿੱਤਰਾਂ ਦੀ ਘਾਟ ਹੈ ਤੈਨੂੰ ਕੱਲੀਆਂ ਗਾਲਾਂ ਨਾਲ ਤੇਰਾ ਕੀ ਬਣਦਾ ਨਾ ਤੁਸੀਂ ਦੋਨਾਂ ਨੇ ਸਕੀਮ ਲਾ ਕੇ ਜੰਮਿਆ ਮੈਨੂੰ ਵੀ ਇੱਕ ਇਹੋ ਜਿਹਾ ਮੁੰਡਾ ਜੰਮੀਏ ਜਿਹਦੀ ਦਿੜਾ ਦੱਬ ਕੇ ਬੇਇੱਜ਼ਤੀ ਕਰੀਏ ਕਿਵੇਂ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਜਲੀਲ ਕਰਨ ਲੱਗੇ ਹੋ ਜੇ ਇੰਨੀ ਮਿਹਨਤ ਮੇਰੇ ਵਿਆਹ ਤੇ ਕੀਤੀ ਹੁੰਦੀ ਹੁਣ ਨੂੰ ਮੈਂ ਜਵਾਕ ਜੱਲੇ ਵਾਲਾ ਹੁੰਦਾ ਉਹ ਜਵਾਕ ਜੱਲੇ ਨੂੰ ਤੂੰ ਬੇਲੜ ਖਵਾਉਂਦਾ ਕੀ ਕੱਦੂ ਤੁਸੀਂ ਬੜਾ ਮੈਨੂੰ ਸ਼ਾਹੀ ਪਨੀਰ ਦੇ ਕੇ ਤੋੜਦੇ ਸੀ ਸਕੂਲਾਂ ਨੂੰ ਉਹ ਮੈਂ ਤਾਂ ਨਾਲ ਦੇ ਜਵਾਕਾਂ ਦੀਆਂ ਸਲੇਟੀਆਂ ਖਾ ਖਾ ਕੇ ਪੰਜਵੀਂ ਪੂਰੀ ਕੀਤੀ ਹੈ ਹੁਣ ਗਾਲਾਂ ਖਾ ਕੇ ਜੂਨ ਪੂਰੀ ਕਰੇਗਾ ਤੂੰ ਸ਼ਾਬਾਸ਼ ਮੇਰੀ ਜੂਨ ਪੂਰੀ ਕਰਿਓ ਸਿਵਿਆਂ ਚੰਦ ਆਪਣਾ ਪੂਰੇ ਹੋਇਓ ਓ ਰਾਣੀਏ ਆ ਦੇਖ ਲੈ ਇਹਨਾਂ ਲੈ ਕੇ ਔਲਾਦ ਕੀ ਭੁੱਖ ਰਹੀ ਹੈ ਮੈਂ ਆਪਣੇ ਪਿਓ ਦੇ ਅੱਗੇ ਕਦੇ ਮੂੰਹ ਨਹੀਂ ਸੀ ਖੋਲਿਆ ਦੱਦ ਦਾ ਸਿਰ ਪਾੜ ਕੇ ਤਾਂ ਪੈਲੀ ਨੌਂ ਲਵਾਈ ਸੀ ਸਾਰਾ ਪਿੰਡ ਜਾਣਦਾ ਮੂੰਹ ਕੀ ਖੋਲਣਾ ਜਦ ਦੱਦ ਦਾ ਸਿਰ ਹੀ ਖੋਲਦਾ ਪਿਓ ਦਾ ਤਾਂ ਨਹੀਂ ਮੈਂ ਸਿਰ ਖੋਲਿਆ ਪਰ ਅੱਜ ਮੈਂ ਤੇਰਾ ਸਿਰ ਜ਼ਰੂਰ ਖੋਲਦਾ ਗਾ ਖੜ ਜਾ ਮੈਨੂੰ ਕਿੱਲਾ ਪੱਟ ਲੈਣ ਦੇ ਓ ਜਾਣ ਦੋ ਡੈਡੀ ਮੈਂ ਜਾਣਦਾ ਤੁਹਾਨੂੰ ਵੱਡੇ ਸਨੀ ਦਿਓਲ ਨੂੰ ਐਵੇਂ ਕੋਈ ਨਾੜ ਨਾ ਚੜਾ ਲਿਓ ਰਾਣੀਏ ਖਰੀਦ ਲਿਆ ਕੋਈ ਲੱਭ ਕੇ ਅੱਜ ਮੈਂ ਇਹਦਾ ਸਿਰ ਪਾੜ ਨਹੀਂ ਪਾੜਨਾ ਓ ਡੈਡੀ ਓ ਆ ਜਾਓ ਹੁਣ ਹੰਸਾ ਦੀ ਜੋੜੀ ਪਹਿਲੇ ਲੇਟ ਆਪਾਂ ਤੈਨੂੰ ਬੜੀ ਕਾਲੀ ਹੈ ਕੁੜੀ ਵਾਲਿਆਂ ਤੋਂ ਨਾ ਸੁਣਨ ਦੀ ਜਵਾਬ ਹੀ ਸੁਣਨਾ ਹੈ ਥੋੜਾ ਲੇਟ ਸੁਣ ਲਾਂਗੇ ਉਹ ਡੈਡੀ ਰੱਬ ਨੇ ਐਡਾ ਵੱਡਾ ਮੂੰਹ ਦਿੱਤਾ ਗੱਲਾਂ ਫਿੱਟੇ ਮੂੰਹ ਵਾਲੀਆਂ ਪੁੱਤ ਬੈਠ ਤੂੰ ਅੰਦਰ ਅੱਜ ਰਿਸ਼ਤੇ ਨੂੰ ਹਾਂ ਹੋਣੀ ਹੋਈ ਹੈ ਰਾਤ ਨਾ ਪੁੱਤ ਮੈਂ ਇੱਕ ਸੁਪਨਾ ਦੇਖਿਆ ਮੈਂ ਬਾਹਲੇ ਸੋਹਣੇ ਕਾਕੇ ਨੂੰ ਗੋਦੀ 'ਚ ਖੜਾਈ ਜਾਂਦੀ ਹੈ ਜੇ ਕਾਕਾ ਸੋਹਣਾ ਸੀ ਫਿਰ ਇੱਦਾਂ ਨਹੀਂ ਹੋਣਾ ਐ ਤਾਂ ਸੋਹਣੇ ਬੱਚੇ ਦੀ ਉਮੀਦ ਨਾ ਰੱਖੀ ਨਾ ਦਾਦਾ ਜੀ ਨੂੰ ਕਿਹੜਾ ਤੁਹਾਡੇ ਤੋਂ ਉਮੀਦ ਸੀ ਫਿਰ ਵੀ ਮੈਂ ਸੋਹਣਾ ਹੋਇਆ ਕਿ ਨਹੀਂ ਤੂੰ ਮੇਰੇ ਤੇ ਗਿਆ ਤਾਂ ਤੂੰ ਸੋਹਣਾ ਜੇ ਆਪਦੇ ਪਿਓ ਤੇ ਗਿਆ ਹੁੰਦਾ ਨਾ ਤੈਨੂੰ ਜਾਂਦੇ ਨਹੀਂ ਹਸਤਾ ਛੱਡਿਆ ਮੈਂ ਤਾਂ ਫਿਰ ਵੀ ਹੌਸਲਾ ਵਧਾਉਂਦੀ ਰਹੀ ਪਰ ਡੈਡੀ ਸਿਰਫ ਫੈਸਲਾ ਸੁਣਾਉਂਦਾ ਰਿਹਾ ਮੁੰਨੀ ਤੋਂ ਵੱਧ ਬਦਨਾਮ ਹੈ ਤੂੰ ਇਸ ਇਲਾਕੇ 'ਚ ਤੈਨੂੰ ਕੁੜੀ ਕਿੰਨੇ ਦੇਣੀ ਹੈ ਹਾਂਜੀ ਵੀਰ ਜੀ ਤੁਸੀਂ ਕੀ ਲੱਭੀ ਜਾਂਦੇ ਉਹਦੇ ਵਿੱਚੋਂ ਉਹ ਕੁਛ ਨਹੀਂ ਯਾਰ ਹੱਥ 'ਚ 42 ਲਕੀਰ ਦੇਖਦਾ ਸੀ ਹੱਥ ਤਾਂ ਕਈ ਵਾਰੀ ਫਰੋਲ ਕੇ ਵੇਖ ਲਏ ਇਹਨਾਂ 'ਚ ਤਾਂ ਹੈ ਨਹੀਂ ਪੈਰਾਂ 'ਚ ਦੇਖ ਲਾ ਉੱਥੇ ਨਾ ਹੋਵੇ ਕਿਤੇ ਚੱਲ ਕਿੱਧਰ ਚੱਲ ਇੱਧਰ ਖੜਾ ਮੈਂ ਇੱਧਰ ਫੜਾ ਹੱਥ ਅੰਨਿਆ ਦੇਵ ਕੋ ਸਿਸਟਮ ਹੁੰਦਾ ਆਵਾਜ਼ ਸੁਣ ਕੇ ਮੜੂ ਸਰਵਣ ਨੇ ਆਪਣੇ ਪਿਓ ਨੂੰ ਸਾਰੀ ਦੁਨੀਆ ਘੁਮਾਤੀ ਸੀ ਤੇ ਤੂੰ ਤੂੰ ਆਪਣੇ ਪਿਓ ਨੂੰ ਲੈਟਰ ਨਹੀਂ ਕਰਾ ਸਕਦਾ ਪੈਰਾਂ ਤੇ ਬਿਠਾ ਕੇ ਨਾ ਕਰਾ ਦਿਆ ਕਰਾਂ ਉਹ ਸਰਵਣ ਆਪਣੇ ਪਿਓ ਨੂੰ ਪੂਰੀ ਦੁਨੀਆ ਕਮਾਉਣ ਲਈ ਨਹੀਂ ਇੰਨਾ ਤੁਰਿਆ ਹੋਣਾ ਜਿੰਨਾ ਤੈਨੂੰ ਮੈਂ ਮੰਜੇ ਤੋਂ ਲੈਟਰਿੰਗ ਤੇ ਲੈਟਰਿੰਗ ਤੋਂ ਮੰਜੇ ਤੱਕ ਤੁਰਿਆ ਇੱਕ ਮਹਿੰਗੀ ਵੀ ਬੜਾ ਹੀ ਲਾਉਣ ਫਿਰ ਇੱਧਰ ਆਪਣੇ ਖੁੱਲੇ 4 ਪੈਸੇ ਦਿੱਤੇ ਨਾ ਮੈਂ ਤੇਰੇ ਡਾਇਪਰ ਹੀ ਲਵਾ ਦਿਆ ਕਰਾਂ ਇੱਧਰ ਇੱਧਰ ਦੇ ਗੋਭੀ ਕਿਵੇਂ ਲਾਈ ਆ ਬਾਈ 40 ਰੁਪਏ ਕਿਲੋ ਜੀ ਤਹਿਬਜ਼ਦਾਰੀ ਵਿਭਾਗ 'ਚ ਇੰਸਪੈਕਟਰ ਲੱਗਿਆ ਹੋਇਆ 5 ਮਿੰਟਾਂ 'ਚ ਤੇਰੀ ਰੇੜੀ ਮੂਤੀ ਮਾਰ ਕੇ ਕਮੇਟੀ ਦੇ ਟਰੱਕ ਤੇ ਚਾੜ ਦੂੰ 40 ਰੁਪਈਏ ਕਿਲੋ 20 ਦੇ ਹਿਸਾਬ ਨਾਲ 2 ਕਿਲੋ ਤੋਲ ਦੇ ਜੀ ਹੈਲੋ ਸਰ ਮੋਬਾਈਲ ਦਾ ਇੱਕ ਨਵਾਂ ਪਲਾਨ ਆਇਆ ਸੁਣਨਾ ਚਾਹੋਗੇ ਦਿਹਾੜੀ 'ਚ 20-20 ਫੋਨ ਕਰਕੇ ਆਪਣੇ ਪੁੱਠੇ ਸਿੱਧੇ ਪਲਾਨ 'ਚ ਦੱਸਦੇ ਰਹਿੰਦੇ ਹੋ ਬਿੱਲ ਤੁਹਾਡੇ ਪਿਓ ਨੇ ਦੇਣਾ ਹਾਈ ਕੋਰਟ 'ਚ ਵਕੀਲ ਲੱਗਿਆ ਹੋਇਆ ਜੇ ਦੁਬਾਰਾ ਫੋਨ ਕਰਕੇ ਮੈਨੂੰ ਡਿਸਟਰਬ ਕੀਤਾ ਨਾ ਮੈਂਟਲ ਹਰਾਸਮੈਂਟ ਦੇ ਕੇਸ ਤੁਹਾਡੀ ਕੰਪਨੀ ਬੰਦ ਕਰਾ ਦੂੰ ਵਿਹਲੀ ਰੰਦ ਪਰਾਉਣਿਆਂ ਜੋਗੀ ਤੂੰ ਵੀ ਦੇਖਦਾ ਵਾ ਚਾਹੇ ਮੈਂ ਇੰਸਪੈਕਟਰ ਲੱਗਿਆ ਹੋਵਾਂ ਚਾਹੇ ਵਕੀਲ ਲੱਗਿਆ ਹੋਵਾਂ ਤੂੰ ਤਨਖਾਹ ਦੇਣੀ ਆ ਮੈਂ ਬੰਦਾ ਕੁ ਬੰਦਾ ਦੇਖ ਕੇ ਪੋਸਟ ਬਦਲ ਲੈਂਦਾ ਹੁਣ ਇਸੇ ਪਾਸ 2 ਕਿਲੋ ਆਲੂ ਵੀ ਤੋਲ ਦੇ ਜੀ ਓ ਬਾਪੂ ਇਸ ਉਮਰੇ ਘਰੇ ਨਹੀਂ ਬੈਠਾ ਜਾਂਦਾ ਹੁਣ ਐਕਸੀਡੈਂਟ ਤੋਂ ਬਾਅਦ ਵੀ ਤਾਂ ਘਰੇ ਬੈਠੇਗਾ ਜੀ ਪੁੱਤ ਮੈਂ ਬਹਿੰਦਾ ਵੀ ਤੇਰੇ ਵਰਗੇ ਕਈਆਂ ਨੂੰ ਨਾਲ ਲੈ ਕੇ ਬਹਿ ਜਾਂਦਾ ਹੁਣ ਤੁਸੀਂ ਮੈਨੂੰ ਫਿਰ ਅਜੇ ਚੰਗੀ ਤਰ੍ਹਾਂ ਜਾਣਦੇ ਹੀ ਨਹੀਂ ਓਏ ਅਸੀਂ ਤਾਂ ਸੋਚਿਆ ਸੀ ਕਰੰਟ ਮੁੱਕ ਗਿਆ ਹੋਣਾ ਬਾਬਾ ਤਾਂ ਬੜਾ ਹੀ ਦਿੱਤਾ ਪੁੱਤ ਕਰੰਟ ਤਾਂ ਮੇਰੇ ਚੰਨਾ ਕੇ ਫੂਕ ਮਾਰ ਕੇ ਤੇਰੇ ਵਰਗੇ ਦੀ ਭੁਰਜੀ ਬਣਾ ਦੂੰ ਸਾਲਿਆ ਕਿੱਲ ਕੇ ਵੀ ਐਡੀ ਕ ਆਵਾਜ਼ ਫੜਾ ਮੂੰ ਤੇਰੇ ਜੰਮਣ ਦੇ ਸਾਲਾ ਬੋਲ ਲੈਸ ਜਾ ਬਾਬਾ ਦੱਸਦਾ ਅੱਛਾ ਨਿੱਕੇ ਵੀਰ ਅੱਖਾਂ ਤੇਰੀਆਂ ਪਹਿਲਾਂ ਹੀ ਸੁੱਜੀਆਂ ਸਾਡੇ ਐਕਸੀਡੈਂਟ 'ਚ ਨਾ ਪਾ ਦਈ ਮੈਂ ਆਲੂ ਮਾਰ ਕੇ ਸੜ ਦਾ ਸਿਰ ਪਾੜ ਦੂੰ ਉਹ ਸ਼ੁਕਰਗਾਰ ਅਸੀਂ ਦਾਰੂ ਲੈਣ ਚੱਲੇ ਆ ਜੇ ਕਿਤੇ ਸਾਡਾ ਪੈਕ ਪੈਕ ਲੱਗਾ ਹੁੰਦਾ ਨਾ ਤੂੰ ਬਾਬਾ ਹੋਨੂੰ ਕਿਤੇ PGI ਬੈੱਡ ਨੂੰ ਲੱਗਾ ਹੋਣਾ ਸੀ ਫਿਲਹਾਲ ਤਾਂ ਮੈਂ ਥਾਣਾ ਸਦਰ 'ਚ SHO ਲੱਗਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਮੇਰੇ ਆਲੂ ਇਕੱਠੇ ਕਰਕੇ ਲਿਫਾਫੇ 'ਚ ਪਾ ਦਿਓ ਨਹੀਂ ਹੋਰ 5 ਮਿੰਟਾਂ ਨੂੰ ਤੁਸੀਂ ਤਿੰਨੇ ਪਟੇ ਵਾਲੀ ਮਸ਼ੀਨ ਥੱਲੇ ਹੋਵੋਗੇ ਓਏ ਅਸੀਂ ਕਦੇ ਬੋਤਲ ਪੀ ਕੇ ਪਟਵਾਰੀ ਨਹੀਂ ਟੱਪੇ ਉਹ ਤੂੰ ਸੋਫੀ ਹੋ SHO ਲੱਗ ਗਿਆ ਬੋਲ ਹੁਣ ਚੱਲ ਫੜਫੜ ਕਰ ਆਲੂ ਗੋਭੀ ਜੇ ਇਕੱਠੇ ਕਰ ਚੱਲ ਬਣਾ ਜਾ ਕੇ ਘਰੇ ਵੱਡਾ ਆਇਆ SHO ਦਾ SHO ਦਾ
लो भी शुरू हो जो कैम आ गया ठेका। चल भाई लो पैसे कटो। हाँ फाड़ भी मेरे पता 90 ने 10 और कट। अच्छा जेब च रह गए होने गलती ना फिर जान के नहीं दिंदा होना। ओए ऐ करी ठेके वाले नु कह दे बाबे दे चढ़ाउणी है बोतल ए 40 रुपए सस्ती ला दंदा हुंदा ओही अंडे खावांगे। तू कह ले तेरे जेठ लगदा बग जा हुण 20-30-40 आ ले। थैंक यू। होर कुछ चाहिदा? होर नहीं नहीं ना ए रहन दो चल आ ला 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 जो अपने दोस्तां चंगी मत दवे। आई एम वेरी इंप्रेस्ड। हुण तुसी ए शराब दी बोतल इना दे सामने ही डोलो। एक एहर ना करो। शराब दी बोतल क्यों डोलनी है जी? गंदी चीज है जी, डोलो। नहीं नहीं शराब थोड़ी गंदी हुंदी है जी, शराब नू पीण वाले लोग गंदे हुंदे ने इना वर्गे। ओ ना जी ना, थोनू नहीं पता शराबियां दा, ए दा नहीं समझदे। ते ए ता लगदी भी शराब पी के डुलन वाली पार्टी है। ए शकलो एटी डुब तुसी डोलो, छेती डोलो, एथे ही डोलो। हाँ जी। मैं कहना इनू ऐदा इत्थे सड़क ते क्यों रोना, एवें कोई वच्छा कटा चट लेगा, एवें खंभियां च वाजदा फिरेगा, की फायदा? सानू दे दे असीं आपे डोल दांगे अगे जाके। हाँ। वैसे गल ते इनां दी ठीक, आपे डोल देणगे जी। ओ ना जी, इनां नू अकल किवें आऊगी? तुसी एथे ही डोलो, हुणे ही डोलो इनां दे सामने। अब यार डोलो डोलो, छेती करो। परगट ना कर यार, छोटियां नू प्यार किवें करीदा है, मतलब दारू छड़नी भी इहदे कोलों सिख लांगे। वैसे जिहड़े हिसाब नाल छड़ा रहे मैनूं लगदा दारू ते पता नहीं शरीर छड़ जांगे छेती। हिम्मत करो ता सब हो जांदा है। हां जी हां जी। बैठा देख के मैं जिवें इत्थे चौल वंडी दे होण, खड़ा ता देख के मैं जिवें सारा जंग जित के आया हुंदा। ओए मेरी अठवीं बैठ के यार ਸਾਰਿਆ ਘਰੇ ਸਕੇ ਪਿਓ ਦੀ ਖਾਤਰ ਮੁਫਤ ਚ ਲੱਸੀ ਦਾ ਗਲਾਸ ਨਾ ਡੋਲੇ, ਉੱਥੇ ਕੁੜੀ ਨੂੰ ਵਿਖਾਉਣ ਵਾਸਤੇ 300 ਦੀ ਬੋਤਲ ਡੋਲ ਕੇ ਆ ਗਿਆ। ਨਾ ਪਿਓ ਨੇ ਕਿਹੜਾ ਮੇਰੇ ਨਾਲ ਲਾਮਾ ਲੈਣੀਆਂ ਨੇ? ਉਹ ਫਿਰ ਕੁੜੀ ਨੇ ਕਿਹੜਾ ਲੈ ਲਿਆ, ਉਹ ਵੀ ਆਪਣੇ ਪਿਓ ਦੀ ਪਸੰਦ ਦੇ ਮੁੰਡੇ ਨਾਲ ਕਰਾਊ। ਤੇ ਜਿਹੇ ਜੀ ਕੁੱਤੇ ਖਾਣੀ ਅਸੀਂ ਉਹਦੇ ਪਿਓ ਨਾਲ ਕਰਕੇ ਆਏ ਆ ਨਾ, ਆਪਣੇ ਹੱਥੀਂ ਆਪਣੀ ਕੁੜੀ ਨੂੰ ਮਾਰਨਾ ਪਸੰਦ ਕਰੂ? ਇਹਨੂੰ ਨਹੀਂ ਪਸੰਦ ਕਰਦਾ ਉਹ। ਪਰ ਤੁਹਾਨੂੰ ਕੀ ਲੋੜ ਸੀ ਬਕਵਾਸ ਕਰਨ ਦੀ ਮੇਰੇ ਡੈਡੀ ਜੀ ਨਾਲ? ਡੈਡੀ ਜੀ, ਉਹ ਤੇਰਾ ਡੈਡੀ ਕਿਵੇਂ ਹੋ ਗਿਆ ਉਹ? ਨਾ ਹੁਣ ਮੈਂ ਹੂਣ ਵਾਲੇ ਸਹੁਰੇ ਨੂੰ ਡੈਡੀ ਜੀ ਨਹੀਂ ਕਹੂੰਗਾ, ਹੋਰ ਵੀਰ ਜੀ ਕਹੂੰਗਾ। ਕੀ ਲੋੜ ਸੀ ਤੁਹਾਨੂੰ ਬਕਵਾਸ ਕਰਨ ਦੀ? ਸਾਡਾ ਤੇ ਸਹੁਰਿਆ ਬਿਜ਼ਨਸ ਹੀ ਬਕਵਾਸ ਮਾਰਨਾ। ਹਾਂ ਤੂੰ ਵੀ ਤੇ ਸਾਡਾ ਪਾਰਟਨਰ ਹੀ ਆ, ਨਾਲੇ ਕਸਟਮ ਬਕਵਾਸ ਦੀ ਫੋਣੀ ਤਾਂ ਤੂੰ ਕੀਤੀ ਸੀ ਉੱਥੇ। ਨਾ ਪਰ ਮੈਨੂੰ ਕੀ ਪਤਾ ਸੀ ਮੇਰਾ ਸਹੁਰਾ ਨਿਕਲਿਆ ਹੋਊਗਾ ਉਹ। ਤੇ ਅਸੀਂ ਰਾਸ਼ਨ ਕਾਰਡ ਦੇਖ ਕੇ ਬਕਵਾਸ ਸ਼ੁਰੂ ਕਰਦੇ ਹੁੰਦੇ ਆ। ਉਹ ਪਰ ਮੇਰਾ ਕੰਮ ਤਾਂ ਖਰਾਬ ਕਰਤਾ ਨਾ, ਹੁਣ ਆਪਦੀ ਭਾਬੀ ਦੇ ਵਿਆਹ 'ਚ ਕੁਰਸੀਆਂ ਲਾਉਣ ਨਾਲੋਂ ਚੰਗਾ ਆਪਾਂ ਰਲ ਕੇ ਕੋਈ ਸਕੀਮ ਲਾ ਲਈਏ। ਉਹ ਸਕੀਮ ਲਾਉਣ ਵਾਲਾ ਸੌਫਟਵੇਅਰ ਤਾਂ ਤੂੰ ਡੋਲਤਾ। ਕੀ? ਦਾਰੂ। ਉਹ ਯਾਰ ਕੋਈ ਤਾਂ ਤਰੀਕਾ ਦੱਸੋ ਵੀ ਉਹਦਾ ਪਿਓ ਮੈਨੂੰ ਪਸੰਦ ਕਰਨ ਲੱਗ ਜੇ। ਇੱਕ ਤਰੀਕਾ ਹੈਗਾ, ਤੂੰ ਪੁਨਰ ਜਨਮ ਲੈ ਲੈ, ਊਂ ਤਾਂ ਭਰਾਵਾ ਔਖਾ ਤੇਰਾ। ਉਹ ਯਾਰ ਔਖਾ ਔਖਾ ਕੁਛ ਨਹੀਂ ਹੁੰਦਾ, ਉਹਦੇ ਪਿਓ ਸਾਹਮਣੇ ਬਸ ਮੇਰੀ ਇਮੇਜ ਸੋਹਣੀ ਬਣਾ ਦੋ। ਉਹ ਇਮੇਜ ਤਾਂ ਤੇਰੀ ਸ਼ੀਸ਼ੇ ਅੱਗੇ ਨਹੀਂ ਸੋਹਣੀ ਆਉਂਦੀ, ਕੁੜੀ ਦੇ ਪਿਓ ਅੱਗੇ ਕਿਵੇਂ ਸੋਹਣੀ ਕਰਦੀ ਹੈ? ਉਹ ਯਾਰ ਜੇ ਹੌਸਲਾ ਨਹੀਂ ਦੇਣਾ ਨਾ ਦਿਓ, ਘੱਟੋ ਘੱਟ ਕੰਪਲੈਕਸ ਨਾ ਦਿਓ। ਤੁਹਾਡੇ ਦੋਵਾਂ ਦਾ ਮੈਂ ਮਰਿਆਂ ਦਾ ਮੂੰਹ ਦੇਖਾਂ ਜੇ ਮੈਂ ਝੂਠ ਬੋਲਾਂ। ਮੈਂ ਸੱਚੇ ਦਿਲੋਂ ਗਗਨ ਨੂੰ ਤੁਹਾਡੀ ਭਾਬੀ ਮੰਨੀ ਫਿਰਦਾ ਬਸ। ਹਾਂ ਤੇ ਉਹ 'ਚ ਸਾਡਾ ਕੀ ਫਾਇਦਾ? ਨਾਲੇ ਤੇਰੇ ਮੰਨਣ ਨਾਲ ਕੀ ਹੋ ਜੂ? ਕੁਰਸੀਆਂ ਮੰਗਾ ਲਓ ਭਰਾ, ਥੱਕ ਕੇ ਖੜੇ ਖੜੇ ਆਉਣਗੇ ਇੱਧਰੋਂ ਹੀ। ਸੇਠ ਜੀ ਸਵੇਰ ਤੋਂ ਬਿਠਾ ਕੇ ਰੱਖਿਆ ਜੀ ਤੁਸੀਂ ਨਾਸ਼ਤੇ ਦਾ ਕਹਿ ਕੇ, ਲੰਚ ਵੀ ਲੰਘ ਗਿਆ ਜੀ, ਕਦੋਂ ਕਰਾਉਂਗੇ ਜੀ ਨਾਸ਼ਤਾ? ਉਹ ਬਹਿ ਜਾਓ ਯਾਰ, ਤੁਸੀਂ ਕਿਹੜਾ ਦਫ਼ਤਰ ਜਾਣ ਦਾ, ਸਾਰੀ ਦਿਹਾੜੀ ਇੱਥੇ ਮੰਗਣਾ ਹੁੰਦਾ? ਉਹ ਜੀ ਇਸ ਟਾਈਮ ਤੱਕ ਤਾਂ 250-300 ਰੁਪਏ ਕਮਾ ਲੈਂਦੇ ਆ ਜੀ। 250-300 ਰੁਪਈਆ? ਹਾਂਜੀ। ਉਹ ਗੱਲ ਸੁਣ, ਲੋਕਾਂ ਨੇ ਆਟੋ ਪਾਏ ਹੁੰਦੇ, ਆਪਾਂ ਮੰਗਤੇ ਹੀ ਨਾ ਪਾ ਲਈਏ 500? ਗੱਲ ਤਾਂ ਸਹੀ ਆ ਯਾਰ ਤੇਰੀ, ਇਹਨਾਂ ਨੂੰ ਕਹਾਂਗੇ ਬੋਤਲ ਤੇ ਚਿਕਨ ਦੇ ਜਾ ਕਰੋ, ਬਾਕੀ ਭਾਂਤ ਤੁਹਾਡੀ। ਲਓ ਵੀ ਪੂਰੀਆਂ, ਲਓ ਵੀ ਪੂਰੀਆਂ। ਉਹ ਤੇਰਾ ਸਹੁਰਾ ਤਾਂ ਦੇਖ ਹੀ ਨਹੀਂ ਰਿਹਾ। ਛੋਲੇ ਬੰਦ ਕਰ ਦੋ ਏ, ਫੜਾਉਣਾ ਫੜਾਉਣਾ ਫੜਾਓ। ਉਹ ਦੇਖ ਲਿਆ ਉਹ ਸੁੱਜੀ ਗਿਆ ਖਾਲੇ ਨੇ। ਬੜਾ ਸੇਠ ਜੀ, ਇਦਾਂ ਨਾ ਕਰੋ ਜੀ, ਭੁੱਖ ਬਹੁਤ ਲੱਗੀ ਹੈ। ਛੱਡ 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 ਛੱਡ
ਸ਼ਰਮ ਨਹੀਂ ਆਉਂਦੀ ਮੰਗ ਤੇ ਤੋਂ ਖੋ ਕੇ ਖਾਂਦਿਆਂ ਨੂੰ ਓਏ ਖੋਣ ਨਾਲੋਂ ਤਾਂ ਚੰਗਾ ਇਹਨਾਂ ਦੇ ਨਾਲ ਬਹਿ ਕੇ ਹੀ ਮੰਗ ਲਓ ਕਿਵੇਂ ਸਾਲਿਆਂ ਨੇ ਖੋ ਖੋ ਕੇ ਲਿਫਾਫੇ ਭਰੇ ਆ ਸਾਡੇ ਬੜਾ ਮੂੰਹ ਤੁਹਾਡੇ ਜੰਮਣ ਦੇ ਲੈ ਬ੍ਰਦਰ ਮੈਂ ਘਰੇ ਆ ਕੇ ਬੀਮਾ ਕਰਕੇ ਜਾਵਾਂਗਾ ਤੁਸੀਂ ਹਰ ਵੇਲੇ ਬੀਮਾ ਕਰਾਉਣ 'ਚ ਲੱਗੇ ਰਹਿੰਦੇ ਹੋ ਨਾ ਤੁਹਾਡੇ ਕੋਲੋਂ ਕਰਾਉਂਦਾ ਕੋਈ ਬੀਮਾ ਚਲੋ ਛੱਡੋ ਹੁਣ ਫੋਨ ਨੂੰ ਗਗਨ ਆਉਂਦੀ ਹੋਊਗੀ ਮੁੰਡੇ ਨਾਲ ਬੇਇੱਜ਼ਤੀ ਸਿਰਫ ਬੈੱਡਰੂਮ 'ਚ ਆਲ ਦਾ ਬੈਸਟ ਕੋਈ ਰਿਵਾਜ ਨੀ ਆਜੋ ਲੰਘਿਆ ਕਾਕਾ ਉਮਰ ਕਿੰਨੀ ਆ ਤੇਰੀ ਜੇ ਉਮਰ ਦੱਸਦੀ ਫਿਰ ਹੋਰ ਕੁਛ ਤਾਂ ਪੁੱਛਣੇ ਨੀ ਤੁਸੀਂ ਧੁੱਕਾ ਨਹੀਂ ਲਾਉਣਾ ਬੇਟੇ ਧੁੱਕਾ ਨਹੀਂ ਲਾਉਣਾ ਜੇ ਨਹੀਂ ਪਤਾ ਤਾਂ ਘਰੇ ਮੰਮੀ ਨੂੰ ਫੋਨ ਕਰਕੇ ਪੁੱਛ ਲਓ ਉਮਰ 30+ ਹੈ ਜੀ 30+ ਤਾਂ ਮੈਂ ਵੀ ਹਾਂ 30+ 30 ਤੂੰ 30 'ਚ ਕਿੰਨਾ ਕੁ ਪਲੱਸ ਆ ਇਹ ਦੱਸ 35 ਸਾਲ ਜੀ 35 ਸਾਲ ਉਮਰ ਦਾ ਕੀ ਹੈ ਇੰਨਾ ਕੁ ਤਾਂ ਚੱਲ ਜਾਂਦਾ ਮੈਂ ਤੁਹਾਡੇ ਦਾਦਾ ਜੀ ਤੋਂ 12 ਸਾਲ ਛੋਟੀ ਸੀ ਫਿਰ ਤਾਂ ਦਾਦੇ ਨੇ ਗੋਦ ਹੀ ਲਈ ਹੋਣੀ ਹੈ ਤੁਸੀਂ ਦਾਰੂ ਪੀ ਲੈਂਦੇ ਹੋ ਪੁੱਛ ਰਹੇ ਹੋ ਜਾਂ ਆਫਰ ਕਰ ਰਹੇ ਹੋ ਪੁੱਛ ਰਿਹਾ ਜੀ ਨਹੀਂ ਜੀ ਫਿਰ ਤਾਂ ਮੈਂ ਨਹੀਂ ਪੀਂਦਾ ਤੇ ਜੇ ਆਫਰ ਕੀਤੀ ਹੁੰਦੀ ਫਿਰ ਪੀ ਲੈਣੀ ਸੀ ਫਿਰ ਮੈਂ ਇਸ ਰਿਸ਼ਤੇ ਨੂੰ ਕੋਰੀ ਨਾ ਕਰ ਦੇਣੀ ਸੀ ਕਿਉਂਕਿ ਜਿਹੜੇ ਘਰੇ ਸ਼ਰਾਬ ਦੀ ਗੱਲ ਚੱਲਦੀ ਹੈ ਅਸੀਂ ਉੱਥੇ ਪੈਰ ਵੀ ਨਹੀਂ ਪਾਉਂਦੇ ਇਹੋ ਜਿਹਾ ਪਰਿਵਾਰ ਹੈ ਸਾਡਾ ਸਦਕੇ ਜਾਵਾਂ ਜਦੋਂ ਦਾ ਆਇਆ ਮੁੰਡਾ ਹੁਣ ਮਾੜਾ ਜਿਹਾ ਚੰਗਾ ਲੱਗਿਆ ਕਾਕਾ ਜੀ ਥੋੜ੍ਹਾ ਪੜ੍ਹਾਈ ਲਿਖਾਈ ਬਾਰੇ ਦੱਸੋ ਪੜ੍ਹਾਈ ਲਿਖਾਈ ਬਹੁਤ ਵਧੀਆ ਚੀਜ਼ ਹੈ ਜੀ ਸਭ ਨੂੰ ਕਰਨੀ ਚਾਹੀਦੀ ਹੈ ਪੜ੍ਹਾਈ ਲਿਖਾਈ ਬਿਨਾਂ ਬੰਦਾ ਕੀ ਹੈ ਜੀ ਕੁਛ ਵੀ ਨਹੀਂ ਕਾਲਾ ਅੱਖਰ ਮੱਝ ਬਰਾਬਰ ਜੀ ਮੈਂ ਤੇਰੀ ਸਲਾਹ ਨਹੀਂ ਪੁੱਛੀ ਮੈਂ ਇਹ ਪੁੱਛਿਆ ਕਿੰਨਾ ਕੁ ਪੜ੍ਹੇ ਹੋਏ ਹੋ ਹੁਣ ਮੈਂ ਤੁਹਾਡੇ ਸਾਰੇ ਸਾਹਮਣੇ ਝੂਠ ਤਾਂ ਬੋਲ ਨਹੀਂ ਸਕਦਾ ਜੀ ਇੰਨਾ ਪੜ੍ਹਿਆ ਲਿਖਿਆ ਜੀ ਸਾਰਾ ਹਿਸਾਬ ਕਿਤਾਬ ਆਪ ਕਰ ਲੈਣਾ ਜੀ ਨਾ ਹਿਸਾਬ ਕਿਤਾਬ ਕਰਨ ਨੂੰ ਅਕਾਊਂਟੈਂਟ ਲੱਗਿਆ ਹੋਇਆ ਕੰਮ ਕੀ ਕਰਦੇ ਹੋ ਮੈਂ ਜੀ ਅੰਕਲ ਖੇਤੀਬਾੜੀ ਕਰਦਾ ਜੀ ਖੇਤੀਬਾੜੀ ਕਰਦੇ ਹੋ ਬਹੁਤ ਅੱਛੀ ਗੱਲ ਹੈ ਪਰ ਕੰਮ ਕੀ ਕਰਦੇ ਹੋ ਅੰਕਲ ਖੇਤੀਬਾੜੀ ਵੀ ਤਾਂ ਕੰਮ ਹੀ ਹੈ ਜੀ ਮੈਂ ਸੋਚਿਆ ਸੀ ਮੇਰਾ ਜਵਾਈ ਜਾਂ ਇੰਜੀਨੀਅਰ ਹੋਊਗਾ ਜਾਂ ਡਾਕਟਰ ਹੋਊਗਾ ਅੰਕਲ ਹੁਣ ਕਿਸੇ ਦੀ ਸੋਚ ਨੂੰ ਆਪਾਂ ਰੋਕ ਥੋੜ੍ਹੀ ਸਕਦੇ ਹਾਂ ਮੇਰਾ ਮਤਲਬ ਖੇਤੀਬਾੜੀ 'ਚ ਵੀ ਡਾਕਟਰ ਹੁੰਦੇ ਨੇ ਜੀ ਮੈਂ ਅਸਲੀ ਡਾਕਟਰਸ ਦੀ ਗੱਲ ਕਰ ਰਿਹਾ ਫਸਲੀ ਦੀ ਨਹੀਂ ਨਾਲੇ ਅੱਜ ਕੱਲ੍ਹ ਖੇਤੀ 'ਚ ਕਮਾਈਆਂ ਰਹੀਆਂ ਕਿੱਥੇ ਨੇ ਅੰਕਲ ਖੇਤੀਬਾੜੀ ਨਾਲ ਸਾਡੀਆਂ ਜੇਬਾਂ ਤਾਂ ਨਹੀਂ ਭਰਦੀਆਂ ਪਰ ਲੋਕਾਂ ਦੇ ਢਿੱਡ ਜ਼ਰੂਰ ਭਰਦੇ ਨੇ ਆੜਤੀ ਦਾ ਹਿਸਾਬ ਕਿਤਾਬ ਮੈਂ ਕਰ ਲੈਂਦਾ ਅਤੇ ਘਰ ਦਾ ਹਿਸਾਬ ਗਗਨ ਕਰ ਲਿਆ ਕਰੂਗੀ ਇੱਕ ਵਾਰੀ ਭਾਅ ਜੀ ਫੇਰ ਬੋਲਿਓ ਮੈਂ ਰਿਕਾਰਡ ਕਰ ਲਾਂ ਤੂੰ ਬੰਦ ਕਰ ਆਪਣਾ ਚੈਨਲ ਦੇਖੋ ਜੀ ਮੈਂ ਜੋ ਪੁੱਛਣਾ ਸੀ ਪੁੱਛ ਲਿਆ ਮੈਨੂੰ ਤਾਂ ਬਿਲਕੁਲ ਤਸੱਲੀ ਨਹੀਂ ਹੋਈ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਓ ਮੈਂ ਕਾਕਾ ਜੀ ਬੀਮਾ ਹੋਇਆ ਤੁਹਾਡਾ ਪਰ ਮੈਨੂੰ ਤਾਂ ਕਬਜ਼ ਹੈ ਨਹੀਂ ਜੀ ਮੈਂ ਅਨੀਮੇ ਦੀ ਗੱਲ ਨਹੀਂ ਕਰ ਰਿਹਾ ਬੀਮੇ ਦੀ ਗੱਲ ਕਰ ਰਿਹਾ ਪੌਲੀ ਹੁਣ ਤੂੰ ਫੇਰ ਲੱਗ ਗਿਆ ਪਾਲਸੀਆਂ ਵੇਚਣ ਕਾਕਾ ਵਿਆਹ ਤੋਂ ਬਾਅਦ ਮੁੰਡੇ ਦਾ ਪਹਿਲਾ ਫਰਜ਼ ਕੀ ਬਣਦਾ ਪਹਿਲਾ ਫਰਜ਼ ਤਾਂ ਇਹ ਹੁੰਦਾ ਵੀ ਗੁਰਦੁਆਰਾ ਸਾਹਿਬ ਦੇ ਬੇਲ ਵਾਲੇ ਸਾਰੇ ਭਾਂਡੇ ਪੂਰੇ ਕਰੀਏ ਇੱਕ ਵੀ ਭਾਂਡਾ ਘਰੇ ਨਹੀਂ ਰਹਿਣਾ ਚਾਹੀਦਾ ਬੇਇੱਜ਼ਤੀ ਬਹੁਤ ਹੁੰਦੀ ਹੈ ਨਾ ਜੀ ਕਿਉਂਕਿ ਉੱਤੇ ਲਿਖਿਆ ਹੁੰਦਾ ਸੇਵਾ ਕਰਾਈ ਫਲਾਣਾ ਸਿੰਘ ਸਾਨੂੰ ਸਰਦਾਰ ਫਲਾਣਾ ਸਿੰਘ ਮਜ਼ਾਕ ਕਰ ਰਿਹਾ ਸੀਗਾ ਜੀ ਅਸਲੀ ਫਰਜ਼ ਤਾਂ ਇਹ ਹੁੰਦਾ ਵੀ ਘਰ ਵਾਲੀ ਦੇ ਸਾਰੀ ਉਮਰ ਚਾਹ ਪੂਰੇ ਕਰੇ ਇੱਕ ਮਿੰਟ ਕਾਕਾ ਜੀ ਚਾਹ ਤਾਂ ਤੁਸੀਂ ਮੂੰਹ ਜਵਾਨੇ ਪੂਰੇ ਕਰ ਲਏ ਹੁਣ ਆਏ ਦੱਸੋ ਵੀ ਗਾਹਾਂ ਦਾ ਕੀ ਪਲਾਨ ਹੈ ਜੇ ਤਾਂ ਤੁਸੀਂ ਹਾਂ ਕਰਤੀ ਫਿਰ ਤਾਂ ਘਰੇ ਵੱਡਾ ਸਾਰਾ ਡੱਬਾ ਲੈ ਜੂੰਗਾ ਜੀ ਨਹੀਂ ਤਾਂ ਫਿਰ ਨਿੱਕਾ ਜਿਹਾ ਮੂੰਹ ਲੈ ਜੂੰਗਾ ਜੀ ਸਤਨਾਮ ਬਈ ਮੈਨੂੰ ਤਾਂ ਮੁੰਡਾ ਪਸੰਦ ਹੈ ਲੈ ਬਈ ਮੁੰਡਾ ਤਾਂ ਸਾਨੂੰ ਵੀ ਪਸੰਦ ਹੈ ਸਾਨੂੰ ਵੀ ਪਸੰਦ ਹੈ ਠੀਕ ਹੈ ਮਾਤਾ ਤੇਰਾ ਕਿਹਾ ਸਿਰ ਬੱਥੇ ਕਾਕਾ ਤੁਸੀਂ ਕੱਲ੍ਹ ਨੂੰ ਆਪਣੇ ਪੇਰੈਂਟਸ ਲੈ ਕੇ ਆਇਓ ਵਿਆਹ ਦੀ ਗੱਲ ਅਸੀਂ ਉਹਨਾਂ ਨਾਲ ਕਰਾਂਗੇ ਥੈਂਕ ਯੂ ਡੈਡੀ ਨਾ ਡੈਡੀ ਗੱਲ ਪੱਕੀ ਹੋਣ ਤੋਂ ਬਾਅਦ ਚਲੋ ਠੀਕ ਅੰਕਲ ਚਾਹ ਚੁ ਧਰ ਲਓ ਮੁੰਡੇ ਵਾਸਤੇ ਚਾਹ ਦੀ ਕੀ ਲੋੜ ਆ ਥੋੜਾ ਚਾਹ ਚੜਿਆ ਸਾਰਿਆਂ ਨੂੰ ਸਾਨੂੰ ਵਿਆਹ ਬਹੁਤ ਛੇਤੀ ਚਾਹੀਦਾ ਜੀ ਲਓ ਜੀ ਚੋਰ ਨਾਲੋਂ ਭੰਡ ਕਾਲੀ ਮੇਰੀ ਵੀ ਸਿਹਤ ਅੱਜ ਕੱਲ੍ਹ ਕੁਝ ਠੀਕ ਨਹੀਂ ਰਹਿੰਦੀ ਪ੍ਰਗਟ ਇਹ ਕੀ ਕਰ ਰਿਹਾ ਪੁੱਤ ਝੂਟੇ ਲੈ ਰਹੇ ਜੀ ਝੂਟੇ
शौक तो यदा झूठे वाला भी लगता अधूरा ही रह गया। लगता हो गया शौक पूरा। कोई बठाता नहीं पाता। मेरी भजन वाली कुर्सी तेरा मुंडा लै गया। गोडिया पर भजा।